ਦਾ ਸਵਾਗਤ ਹੈ। ਹਿਮਾਚਲ ਦੇ ਸੋਲਨ ਤੋਂ ਇੱਕ ਵੱਡਾ ਸੜਕ ਹਾਦਸਾ ਸਾਹਮਣੇ ਆਇਆ ਜਿੱਥੇ ਕਾਰ ਪਾਰਕਿੰਗ ਕਰਦੇ ਸਮੇਂ ਜਿਹੜੀ ਗੱਡੀ ਹੈ ਉਹ 30 ਫੁੱਟ ਖਾਈ ਦੇ ਵਿੱਚ ਜਾ ਡਿੱਗਦੀ ਹੈ। ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵੱਡਾ ਹਾਦਸਾ ਜਿਹੜਾ ਉਹ ਸੋਲਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਜਦੋਂ ਆਪਣੀ ਕਾਰ ਪਾਰਕ ਕਰ ਰਹੀ ਸੀ ਤਾਂ ਇਸੇ ਦੌਰਾਨ ਉਹ ਆਪਣਾ ਕੰਟਰੋਲ ਗਵਾ ਬੈਂਦੀ ਹੈ ਅਤੇ ਕਾਰ ਸਿੱਧਾ 30 ਫੁੱਟ ਖਾਈ ਦੇ ਵਿੱਚ ਜਾ ਡਿੱਗਦੀ ਹੈ। ਇਸ ਹਾਦਸੇ ਦੇ ਵਿੱਚ ਔਰਤ ਦੇ ਗੰਭੀਰ ਸੱਟਾਂ ਲੱਗੀਆਂ ਨੇ, ਉਸਦੀ ਜਾਨ ਬਚ ਗਈ ਹੈ, ਜਿਸ ਤੋਂ ਬਾਅਦ ਉਸਨੂੰ ਜਿਹੜਾ ਹਸਪਤਾਲ ਦਾਖਲ ਕਰਵਾਇਆ ਗਿਆ, ਉੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪਰ ਵੱਡਾ ਹਾਦਸਾ ਹਿਮਾਚਲ ਦੇ ਸੋਲਨ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਔਰਤ ਜਦੋਂ ਆਪਣੀ ਕਾਰ ਪਾਰਕ ਕਰ ਰਹੀ ਸੀ ਤਾਂ ਇਸੇ ਦੌਰਾਨ ਉਹ ਆਪਣੀ ਜਿਹੜੀ ਕੰਟਰੋਲ ਹੈ ਉਹ ਗੱਡੀ ਤੋਂ ਗਵਾ ਬੈਂਦੀ ਹੈ, ਗੱਡੀ ਇੱਕਦਮ ਤੇਜ਼ ਹੋ ਜਾਂਦੀ ਹੈ, ਜਿਸ ਕਰਕੇ ਦੇਖਦੇ ਹੀ ਦੇਖਦੇ 30 ਫੁੱਟ ਖਾਈ ਦੇ ਵਿੱਚ ਜਿਹੜੀ ਹੈ ਉਹ ਗੱਡੀ ਜਾ ਡਿੱਗਦੀ ਹੈ। ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਾਰ ਸਵਾਰ ਔਰਤ ਬਚ ਗਈ ਹੈ, ਉਸਦੀ ਜਾਨ ਬਚ ਗਈ ਹੈ। ਹਾਲਾਂਕਿ ਉਸਨੂੰ ਗੰਭੀਰ ਸੱਟਾਂ ਜ਼ਰੂਰ ਲੱਗੀਆਂ ਨੇ, ਪਰ ਖੁਸ਼ਕਿਸਮਤੀ ਦੇ ਨਾਲ ਇਸ ਘਟਨਾ ਦੇ ਵਿੱਚ ਉਸਦੀ ਵਾਲ ਜਾਨ ਬਚ ਗਈ ਹੈ। ਉੱਥੇ ਹੀ ਇਹ ਸਾਰੀ ਘਟਨਾ ਉੱਥੇ ਕਰੀਬ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਈ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਅੱਗ ਦੇ ਵਾਂਗ ਵਾਇਰਲ ਹੋ ਰਹੀ ਹੈ। ਸੋਲਨ ਸ਼ਹਿਰ ਦੇ ਪਾਵਰ ਹਾਊਸ ਰੋਡ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਕਾਰ ਹਾਦਸੇ ਦੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਇਸ ਹਾਦਸੇ ਦੇ ਵਿੱਚ ਕਾਰ ਵਿੱਚ ਸਵਾਰ ਇੱਕ ਔਰਤ ਜ਼ਖਮੀ ਦੱਸੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਸਵੇਰੇ ਔਰਤ ਜਦੋਂ ਆਪਣੀ ਦੁਕਾਨ 'ਤੇ ਜਾਣ ਦੇ ਲਈ ਕਾਰ ਰਾਹੀਂ ਸੋਲਨ ਸਥਿਤ ਪਾਵਰ ਹਾਊਸ ਰੋਡ 'ਤੇ ਪਹੁੰਚਦੀ ਹੈ ਤਾਂ ਇਸੇ ਦੌਰਾਨ ਜਦੋਂ ਆਪਣੀ ਕਾਰ ਪਾਰਕਿੰਗ ਕਰਨ ਲੱਗਦੀ ਹੈ ਤਾਂ ਉਹ ਆਪਣਾ ਕੰਟਰੋਲ ਜਿਹੜਾ ਉਹ ਕਾਰ ਤੋਂ ਗਵਾ ਬੈਂਦੀ ਹੈ ਅਤੇ ਸਿੱਧਾ ਕਾਰ 30 ਫੁੱਟ ਖਾਈ ਦੇ ਵਿੱਚ ਜਾ ਡਿੱਗਦੀ ਹੈ। ਆਲੇ ਦੁਆਲੇ ਦੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਜਿਹੜੇ ਲੋਕ ਆਲੇ ਦੁਆਲੇ ਖੜ੍ਹੇ ਸੀ ਉਹ ਭੱਜ ਕੇ ਇਸ ਔਰਤ ਦੀ ਜਾਨ ਬਚਾਉਣ ਦੇ ਲਈ ਜਾਂਦੇ ਨੇ ਅਤੇ ਕਿਹਾ ਜਾ ਰਿਹਾ ਕਿ ਔਰਤ ਦੀ ਜਾਨ ਬਚ ਗਈ ਹੈ। ਹਾਲਾਂਕਿ ਉਸਨੂੰ ਗੰਭੀਰ ਸੱਟਾਂ ਜ਼ਰੂਰ ਲੱਗੀਆਂ ਨੇ, ਜਿਸ ਤੋਂ ਬਾਅਦ ਹੁਣ ਇਹ ਤਸਵੀਰਾਂ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਹਾਦਸੇ ਦੇ ਵਿੱਚ ਕਾਰ ਚਾਲਕ ਔਰਤ ਜ਼ਖਮੀ ਹੋ ਗਈ ਹੈ। ਜਾਣਕਾਰੀ ਦੇ ਮੁਤਾਬਕ ਔਰਤ ਦਾ ਨਾਮ ਪੂਨਮ ਦੱਸਿਆ ਜਾ ਰਿਹਾ। ਕੁਝ ਸਮਾਂ ਪਹਿਲਾਂ ਹੀ ਉਸਦੇ ਪਤੀ ਦੇ ਵੱਲੋਂ ਉਸਨੂੰ ਕਾਰ ਗਿਫਟ ਕੀਤੀ ਗਈ ਸੀ ਅਤੇ ਜਦੋਂ ਉਹ ਦੁਕਾਨ 'ਤੇ ਜਾ ਰਹੀ ਸੀ ਤਾਂ ਇਸੇ ਦੌਰਾਨ ਜਦੋਂ ਪਾਰਕਿੰਗ ਦੇ ਵਿੱਚ ਉਹ ਆਪਣੀ ਕਾਰ ਪਾਰਕ ਕਰਨ ਲੱਗੀ ਤਾਂ ਉਸਦੇ ਜਿਹੜਾ ਆਪਣਾ ਸੰਤੁਲਨ ਗਵਾ ਬੈਂਦੀ ਹੈ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਹਿਮਾਚਲ ਦੇ ਵਿੱਚ ਜਦੋਂ ਅਸੀਂ ਸਫ਼ਰ ਕਰਦੇ ਹਾਂ ਤਾਂ ਜਿਹੜੀ ਪਾਰਕਿੰਗ ਹੁੰਦੀ ਹੈ ਉਹ ਜਿਹੜੀ ਅਖਾਈਆਂ ਅਤੇ ਖੱਡ ਦੇ ਜਿਹੜੀ ਬਾਉਂਡਰੀ ਹੁੰਦੀ ਹੈ ਉਸ 'ਤੇ ਲਾਈਨ ਦੇ ਵਿੱਚ ਜਿਹੜੀ ਕਾਰ ਪਾਰਕਿੰਗ ਕੀਤੀ ਜਾਂਦੀ ਹੈ ਤਾਂ ਇਸੇ ਦੌਰਾਨ ਜਦੋਂ ਇਹ ਲੇਡੀ ਵੀ ਆਪਣੀ ਕਾਰ ਪਾਰਕ ਕਰਨ ਲੱਗੀ ਸੀ ਤਾਂ ਆਪਣਾ ਕੰਟਰੋਲ ਗਵਾ ਬੈਂਦੀ ਹੈ ਅਤੇ ਅਚਾਨਕ ਹੀ 30 ਫੁੱਟ ਖਾਈ ਦੇ ਵਿੱਚ ਜਿਹੜੀ ਡੂੰਘੀ ਖੱਡ ਹੈ ਉਹਦੇ ਵਿੱਚ ਇਸਦੀ ਗੱਡੀ ਜਾ ਡਿੱਗਦੀ ਹੈ। ਗਨੀਮਤ ਇਹ ਰਹੀ ਹੈ ਕਿ ਇਸ ਘਟਨਾ ਦੇ ਵਿੱਚ ਇਸਦੀ ਜਾਨ ਬਚ ਗਈ ਹੈ। ਲੋਕਾਂ ਦੇ ਵੱਲੋਂ ਇਸਨੂੰ ਬਾਹਰ ਕੱਢਿਆ ਗਿਆ, ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਇਸ ਘਟਨਾ ਬਾਰੇ ਤੁਰੰਤ ਉਹ ਭੱਜ ਕੇ ਗਏ ਤਾਂ ਇਸ ਔਰਤ ਨੂੰ ਬਾਹਰ ਕੱਢ ਲਿਆ ਗਿਆ। ਇਸਨੂੰ ਗੰਭੀਰ ਸੱਟਾਂ ਜ਼ਰੂਰ ਲੱਗੀਆਂ ਨੇ, ਪਰ ਵਾਲ ਇਸਦੀ ਜਾਨ ਬਚ ਗਈ ਹੈ। ਉੱਥੇ ਹੀ ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਨੇ।